ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਆਪਾਂ ਗੱਲ ਕਰਾਂਗੇ ਹੈਲਥ ਇਜ਼ ਬਿਜ਼ਨਸ। ਬੜਾ ਹੀ ਡਿਫਰੈਂਟ ਚੀਜ਼ਾਂ ਹੈ ਦੋਨੋਂ, ਆਪਾਂ ਕਿਵੇਂ ਦੋਨੋਂ ਚੀਜ਼ਾਂ ਨੂੰ ਕੰਪੇਅਰ ਕਰ ਸਕਦੇ ਹਾਂ, ਪਰ ਦੋਨੋਂ ਹੀ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਲਈ ਬਹੁਤ ਮਹੱਤਵ ਰੋਲ ਪਲੇ ਕਰਦੀਆਂ। ਅਸੀਂ ਮੰਨ ਕੇ ਚੱਲਦੇ ਹਾਂ ਜੇ ਬੰਦੇ ਦੀ ਹੈਲਥ ਠੀਕ ਹੈ ਤਾਂ ਉਹ ਵਧੀਆ ਬਿਜ਼ਨਸ ਕਰ ਸਕਦਾ, ਅਤੇ ਜੇ ਉਹ ਵਧੀਆ ਬਿਜ਼ਨਸ ਕਰ ਰਿਹਾ ਪਰ ਉਸ ਟਾਈਮ 'ਤੇ ਉਹ ਆਪਣੀ ਹੈਲਥ ਨੂੰ ਇਗਨੋਰ ਕਰਦਾ, ਤਾਂ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਆਪਾਂ ਕੁਛ ਮੈਂ ਤੁਹਾਨੂੰ ਟਿਪਸ ਦੇਣਾ ਚਾਹੂੰਗਾ। ਹਰੇਕ ਬੰਦਾ ਕਹਿੰਦਾ ਯਾਰ ਮੈਂ ਬਿਜ਼ਨਸ ਬਹੁਤ ਜ਼ਿਆਦਾ ਬਿਜ਼ੀ ਹੈ, ਮੇਰਾ ਟੂਰ ਦਾ ਕੰਮ ਹੈ, ਮੇਰਾ ਜੋਬ ਦਾ ਕੰਮ ਹੈ, ਮੈਨੂੰ ਟਾਈਮ ਨਹੀਂ ਮਿਲਦਾ। 24 ਘੰਟਿਆਂ ਦੇ ਵਿੱਚ ਹਰੇਕ ਬੰਦੇ ਨੂੰ ਟਾਈਮ ਮਿਲਦਾ। ਆਪਾਂ ਰਾਤ ਨੂੰ ਕਿੰਨੀ ਮਰਜ਼ੀ ਵਜੇ ਲੇਟ ਹੋ ਜਾਈਏ, ਕੋਈ ਮਰਜ਼ੀ ਕਾਰਨ ਹੋਵੇ, ਪਰ ਆਪਾਂ ਜ਼ਰੂਰ ਹਰ ਹਾਲਾਤ ਦੇ ਵਿੱਚ ਆਪਣੇ ਬਿਜ਼ਨਸ 'ਤੇ ਅਗਲੇ ਦਿਨ ਜ਼ਰੂਰ ਜਾਂਦੇ ਹਾਂ। ਜਦੋਂ ਆਪਾਂ ਆਪਣੇ ਬਿਜ਼ਨਸ 'ਤੇ ਅਗਲੇ ਦਿਨ ਜਾ ਸਕਦੇ ਹਾਂ ਸਾਰੀਆਂ ਮਜਬੂਰੀਆਂ ਨੂੰ ਟਾਲਦੇ ਹੋਏ, ਤਾਂ ਆਪਣਾ ਸਿਹਤ ਵੱਲ ਕਿਉਂ ਨਹੀਂ ਧਿਆਨ ਦੇ ਸਕਦੇ। ਹੈਲਥ ਨੂੰ ਬਿਜ਼ਨਸ ਦਾ ਪਾਰਟ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸੇ ਕਰਕੇ ਤੁਸੀਂ ਆਪਣੇ ਬਿਜ਼ਨਸ ਦੇ ਵਿੱਚੋਂ, ਉਸੇ ਸ਼ਡਿਊਲ ਦੇ ਵਿੱਚੋਂ ਜਿਵੇਂ ਤੁਸੀਂ ਆਪਣੀ ਮੀਟਿੰਗਸ ਫਿਕਸ ਕਰਦੇ ਹੋ, ਉਵੇਂ ਹੀ ਆਪਣੇ ਆਪ ਵਾਸਤੇ ਟਾਈਮ ਕੱਢੋ ਅਤੇ ਆਪਣੀ ਹੈਲਥ ਦੇ ਉੱਤੇ ਲਾਓ। ਹੈਲਥ ਦੇ ਉੱਤੇ ਲਾਇਆ ਗਿਆ ਸਮਾਂ ਬਿਜ਼ਨਸ ਦੇ ਵਿੱਚੋਂ ਕੱਢਿਆ ਹੋਇਆ ਹੈਲਥ ਦੇ ਉੱਤੇ ਲਾਇਆ ਗਿਆ ਸਮਾਂ ਸਭ ਤੋਂ ਜ਼ਿਆਦਾ ਇਫੈਕਟਿਵ ਹੈ, ਤੁਹਾਡੇ ਬਿਜ਼ਨਸ ਨੂੰ ਡਬਲ ਕਰਨ ਦੇ ਵਿੱਚ ਹੈਲਪ ਕਰੂਗਾ। ਤੁਸੀਂ ਤੰਦਰੁਸਤ ਰਹੋਗੇ, ਤੁਸੀਂ ਆਪਣੇ ਆਪ ਨੂੰ ਬਿਮਾਰ ਨਹੀਂ ਕਰੋਗੇ, ਤਾਂ ਤੁਸੀਂ ਆਪਣਾ ਵਧੀਆ ਬਿਜ਼ਨਸ ਕਰ ਸਕੋਗੇ ਅਤੇ ਹੋਰ ਜ਼ਿਆਦਾ ਆਪਣੀ ਕਮਾਈ ਦੇ ਵਿੱਚ ਵਾਧਾ ਕਰ ਪਾਓਗੇ। ਧੰਨਵਾਦ।